ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਦੀਪ ਸੰਦੀਪ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਅਤੇ ਹਰ ਵੇਲੇ ਸਿਮਰਨ। ਤੁਹਾਨੂੰ ਦੱਸਦੀ ਕਿ ਫਿਲਮ ਅਰਦਾਸ ਸਰਬੱਤ ਦੇ ਭਲੇ ਦਾ ਟ੍ਰੇਲਰ ਆ ਜਿਹੜਾ ਉਹ ਰਿਲੀਜ਼ ਹੋ ਚੁੱਕਿਆ ਹੈ ਅਤੇ ਟ੍ਰੇਲਰ ਜੀਓ ਸਟੂਡੀਓ ਦੇ ਚੈਨਲ 'ਤੇ ਆਇਆ। ਟ੍ਰੇਲਰ ਨੂੰ ਖੂਬ ਸਾਰਾ ਪਿਆਲ ਮਿਲ ਰਿਹਾ ਅਤੇ ਗੱਲ ਕਰੀਏ ਤਾਂ ਫਿਲਮ ਦੀ ਜਿਹੜੀ ਕਹਾਣੀ ਇਸ ਟ੍ਰੇਲਰ ਤੋਂ ਹੀ ਜੱਜ ਕਰਨੀ ਹੋਵੇ ਤਾਂ ਕਮਾਲ ਦੀ ਕਹਾਣੀ ਹੋਣ ਵਾਲੀ ਹੈ, ਕਿਉਂਕਿ ਪਹਿਲਾਂ ਅਰਦਾਸ ਅਤੇ ਅਰਦਾਸ ਕਰਨ ਤੋਂ ਬਾਅਦ ਹੁਣੇ ਤੀਜਾ ਪਾਰਟ ਹੈ ਫਿਲਮ ਦਾ ਅਤੇ ਫਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਫਿਲਮ ਦਾ ਜਿਹੜਾ ਇਕੱਲਾ ਇਕੱਲਾ ਕਿਰਦਾਰ ਹੈ ਉਸਨੇ ਬੜੀ ਬਖੂਬੀ ਦੇ ਨਾਲ ਕੰਮ ਕੀਤਾ। ਇਕੱਲੇ ਇਕੱਲੇ ਕਿਰਦਾਰ ਦੀ ਇੱਕ ਆਪਣੀ ਕਹਾਣੀ ਹੈ, ਫਿਲਮ ਸਾਨੂੰ ਰੱਬ ਦੇ ਨਾਲ ਜੋੜਦੀ ਹੈ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਮਲਕੀਤ ਰਾਉਣੀ, ਕਿਹਦਾ ਕਿਹਦਾ ਨਾਮ ਲਈਏ, ਹਰ ਕਿਰਦਾਰ ਨੇ ਫਿਲਮ ਦੀ ਕਹਾਣੀ ਦੇ ਵਿੱਚ ਜਾਨ ਫੂਕੀ ਹੈ। ਫਿਲਮ ਨੂੰ ਜਿਹੜਾ ਡਾਇਰੈਕਟ ਕੀਤਾ ਉਹ ਗਿੱਪੀ ਗਰੇਵਾਲ ਨੇ ਕੀਤਾ ਹੈ। ਫਿਲਮ 13 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਤੁਹਾਨੂੰ ਦੱਸ ਦਈ ਕਿ ਫਿਲਮ ਦਾ ਜਿਹੜਾ ਸੰਗੀਤ ਹੈ ਉਹ ਵੀ ਬਾਕਮਾਲ ਹੈ। ਟ੍ਰੇਲਰ ਜਦੋਂ ਰਿਲੀਜ਼ ਹੁੰਦਾ ਤਾਂ ਮੁੰਬਈ ਦੇ ਵਿੱਚ ਇਸਦਾ ਟ੍ਰੇਲਰ ਰਿਲੀਜ਼ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦਈ ਕਿ ਉੱਥੇ ਖਾਸ ਤੌਰ 'ਤੇ ਰੋਹਿਤ ਸ਼ੈੱਟੀ, ਜਿਨ੍ਹਾਂ ਦਾ ਕਿ ਬਾਲੀਵੁੱਡ ਡਾਇਰੈਕਸ਼ਨ ਦੇ ਵਿੱਚ ਵੱਡਾ ਨਾਮ ਹੈ, ਉਹ ਪਹੁੰਚਦੇ ਨੇ ਅਤੇ ਜਦੋਂ ਗਿੱਪੀ ਗਰੇਵਾਲ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੀਆਂ ਯੂਨਿਟ ਵੱਡੀਆਂ ਨੇ ਤਾਂ ਰੋਹਿਤ ਸ਼ੈੱਟੀ ਕਹਿੰਦੇ ਨੇ ਕਿ ਤੁਹਾਡਾ ਵਿਜ਼ਨ ਬਹੁਤ ਵੱਡਾ ਹੈ, ਤਾਂ ਗਿੱਪੀ ਗਰੇਵਾਲ ਦੇ ਵਿਜ਼ਨ ਦੀ ਵੀ ਤਾਰੀਫ ਹੋਈ ਹੈ ਅਤੇ ਨਾਲ ਹੀ ਉਹਨਾਂ ਦੀ ਸਾਦਗੀ ਦੀ ਵੀ ਤਾਰੀਫ ਹੋਈ ਹੈ। ਤਾਂ ਤੁਹਾਨੂੰ ਦੱਸ ਦਈ ਕਿ ਫਿਲਮ ਦਾ ਜਿਹੜਾ ਟ੍ਰੇਲਰ ਆ ਉਹ ਸਾਰੇ ਪਾਸਿਓਂ ਚਾਰੇ ਲੜੀਆਂ ਜਿਵੇਂ ਸੰਪੂਰਨ ਕਹਿ ਸਕਦੇ ਹਾਂ, ਹਰ ਇੱਕ ਕਿਰਦਾਰ ਨੇ ਬਾਖੂਬੀ ਦੇ ਨਾਲ ਕੰਮ ਕੀਤਾ। ਫਿਲਮ ਉਸ ਪਾਸੇ ਨੂੰ ਵੀ ਧਿਆਨ ਦਿਵਾਉਂਦੀ ਹੈ ਕਿ ਕਿਵੇਂ ਅਸੀਂ ਗਰਜਾਂ ਕਰਕੇ ਰੱਬ ਦੇ ਨਾਲ ਜੁੜੇ ਹੋਏ ਹਾਂ, ਸਾਨੂੰ ਇਹਨਾਂ ਤੋਂ ਉੱਠ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਜੋ ਸਾਡੇ ਕੋਲ ਹੈ ਅਸੀਂ ਉਸਦਾ ਸ਼ੁਕਰ ਮਨਾਉਂਦੇ ਹਾਂ, ਨਹੀਂ ਥੱਕਦੇ। ਸਾਨੂੰ ਇਹ ਸੋਚਣਾ ਚਾਹੀਦਾ ਹੈ, ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਹੋਰ ਦੀ ਲਾਲਸਾ ਦੇ ਵਿੱਚ ਗੁਰੂ ਘਰ ਜਾਂਦੇ ਹਾਂ ਕਿ ਰੱਬਾ ਸਾਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਪਰ ਇਸ ਤੋਂ ਉੱਪਰ ਉੱਠ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਜੋ ਸਾਡੇ ਕੋਲ ਹੈ ਉਹ ਬਹੁਤ ਹੈ ਅਤੇ ਉਸੇ ਨੂੰ ਹੀ ਰੱਬ ਦਾ ਭਾਣਾ ਮੰਨ ਕੇ ਉਹਦੇ ਵਿੱਚ ਗੁਜ਼ਰ ਬਸਰ ਕਰਨਾ ਚਾਹੀਦਾ। ਫਿਲਮ ਦੇ ਕਿਰਦਾਰ ਨੇ ਜਿਹੜੇ ਉਹਨਾਂ ਦੀ ਇੱਕ ਆਪਣੀ ਕਹਾਣੀ ਹੈ, ਉਹ ਕਿਵੇਂ ਜ਼ਿੰਦਗੀ ਦੇ ਨਾਲ ਲੜ ਰਹੇ ਹੁੰਦੇ ਨੇ, ਜ਼ਿੰਦਗੀ ਦੇ ਨਾਲ ਜੂਝਦੇ ਨੇ, ਉਹ ਆਪਣੀਆਂ ਲੋੜਾਂ ਦੇ ਵਿੱਚ ਬੱਝੇ ਹੋਏ ਨੇ, ਤਾਂ ਕਿਤੇ ਨਾ ਕਿਤੇ ਉਹ ਰੱਬ ਦਾ ਸ਼ੁਕਰ ਉਸ ਵੇਲੇ ਨਹੀਂ ਕਰਦੇ ਜਦੋਂ ਕਰਨਾ ਚਾਹੀਦਾ। ਉਮਰ ਲੰਘ ਜਾਣ ਤੋਂ ਬਾਅਦ ਉਹ ਰੱਬ ਦੀ ਜਿਹੜੀ ਗੱਲ ਹੁੰਦੀ ਹੈ, ਤਾਂ ਇਸ ਤਰ੍ਹਾਂ ਜਿਹੜੀ ਫਿਲਮ ਦੀ ਕਹਾਣੀ ਹੈ ਉਹ ਸਭ ਨੂੰ ਖਿੱਚਣ ਵਾਲੀ ਹੈ। ਫਿਲਮ ਦਾ ਜਿਹੜਾ ਸੰਗੀਤ ਹੈ ਉਹ ਵੀ ਬਾਕਮਾਲ ਹੈ, ਫਿਲਮ ਦਾ ਜਿਹੜਾ ਗੀਤ ਹੈ ਉਹ ਵੀ ਬਾਕਮਾਲ ਹੈ। ਫਿਲਮ ਦੀ ਜਿਹੜੀ ਹਰ ਇੱਕ ਪੱਖ ਤੋਂ ਜਿਹੜਾ ਨਿਪੁੰਨਤਾ ਦੇ ਨਾਲ ਧਿਆਨ ਰੱਖਿਆ ਗਿਆ ਗਿੱਪੀ ਗਰੇਵਾਲ ਨੇ, ਖਾਸ ਕਰਕੇ ਜਿਹੜਾ ਹਰ ਕਿਰਦਾਰ ਹੈ ਉਸਨੇ ਐਂ ਲੱਗਦਾ ਕਿ ਐਕਟਿੰਗ ਨਹੀਂ ਕੀਤੀ, ਉਸਨੇ ਕਿਰਦਾਰ ਨੂੰ ਜਿਉਂਆ ਹੈ। ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ, ਤਾਂ ਤੁਹਾਨੂੰ ਦੱਸੀ ਕਿ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਵੀ ਬੜੀ ਬਾਕਮਾਲ ਲਿਖੀ ਗਈ ਹੈ। ਫਿਲਮ ਦਾ ਜਿਹੜਾ ਨਿਰਦੇਸ਼ਨ ਆ ਉਸਦੇ ਵਿੱਚ ਵੀ ਕੋਈ ਘਾਟ ਨਜ਼ਰ ਨਹੀਂ ਆਉਂਦੀ। ਫਿਲਮ ਦਾ ਜਿਹੜਾ ਟ੍ਰੇਲਰ ਹੈ ਆਉਂਦੇ ਸਾਰੀ ਹਰ ਇੱਕ ਦੀ ਪਸੰਦ ਬਣ ਗਿਆ, ਕਿਉਂਕਿ ਫਿਲਮ ਆ ਜਿਹੜੀ ਉਹਨਾਂ ਨੇ ਕਿਹਾ ਕਿ ਅਰਦਾਸ ਜਿਹੜੀ ਸਾਡੇ ਜੀਵਨ ਦਾ ਇੱਕ ਅੰਗ ਹੈ, ਅਰਦਾਸ ਸਾਨੂੰ ਤਾਕਤ ਦਿੰਦੀ ਹੈ, ਸ਼ਕਤੀ ਦਿੰਦੀ ਹੈ ਅਤੇ ਅਰਦਾਸ ਦੇ ਨਾਲ ਹੀ ਜਿਹੜੇ ਸਾਰੇ ਕੰਮ ਸਫਲ ਹੁੰਦੇ ਨੇ, ਤਾਂ ਇਹ ਵੀ ਅਰਦਾਸ ਇਹਨਾਂ ਕਲਾਕਾਰਾਂ ਦੀ ਹੈ ਜੋ ਕਿਰਦਾਰ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ ਕਿ ਕਿਵੇਂ ਉਹਨਾਂ ਦਾ ਅਰਦਾਸ ਆ ਜਿਹੜਾ ਜੀਵਨ ਸਫਲਾ ਬਣਾਉਂਦੀ ਹੈ। ਤਾਂ ਇਹ ਪਹਿਲੀ ਫਿਲਮ ਹੋ ਗਈ ਜਿਸ ਦੇ ਵਿੱਚ ਸ਼੍ਰੀ ਹਜ਼ੂਰ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਵੀ ਦਰਸ਼ਕ ਕਰ ਸਕਣਗੇ। ਤਾਂ ਜਿਵੇਂ ਰੋਹਿਤ ਸ਼ੈੱਟੀ ਕਹਿੰਦੇ ਨੇ ਜਦੋਂ ਟ੍ਰੇਲਰ ਲਾਂਚ ਹੁੰਦਾ ਕਿ ਜਦੋਂ ਪਹਿਲੀਆਂ ਫਿਲਮਾਂ ਆਈਆਂ ਤਾਂ ਉਦੋਂ ਲੋਕ ਚੱਪਲਾਂ ਤੱਕ ਲਾ ਕੇ ਜਿਹੜਾ ਫਿਲਮ ਦੇਖਣ ਜਾਂਦੇ ਸੀ, ਤਾਂ ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਇਸ ਵਕਤ ਵੀ ਦੇਖਣ ਨੂੰ ਮਿਲੇਗਾ, ਕਿਉਂਕਿ ਜਿਹੜੇ ਲੋਕ ਨੇ ਉਹ ਇਸ ਫਿਲਮ ਨੂੰ ਲੈ ਕੇ ਬੜੇ ਉਤਸ਼ਾਹਿਤ ਨੇ। ਉਹਨਾਂ ਦੇ ਮਨ ਦੇ ਵਿੱਚ ਇੱਕ ਚੰਗੀ ਵਿਧਾ ਹੈ ਕਿ ਚੰਗੀ ਸੋਚ ਦਾ ਜਿਹੜਾ ਸਿਨੇਮਾ ਬਣ ਰਿਹਾ। ਗਿੱਪੀ ਗਰੇਵਾਲ ਜਿੱਥੇ ਕਾਮੇਡੀ ਫਿਲਮਾਂ ਕਰਦੇ ਨੇ, ਕਾਮੇਡੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ, ਉੱਥੇ ਇਸ ਤਰ੍ਹਾਂ ਦੀਆਂ ਫਿਲਮਾਂ ਕਰਕੇ ਵੀ ਉਹ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਵੱਖਰਾ ਜਿਹੜਾ ਰੋਲ ਆ ਪਲੇ ਕਰ ਰਹੇ ਨੇ ਅਤੇ ਸੇਧ ਦੇ ਰਹੇ ਨੇ ਉਹਨਾਂ ਸਭ ਨਿਰਦੇਸ਼ਕਾਂ, ਡਾਇਰੈਕਟਰਾਂ, ਕਲਾਕਾਰਾਂ ਨੂੰ ਕਿ ਚੰਗਾ ਸਿਨੇਮਾ ਵੀ ਬਣਾਇਆ ਜਾ ਸਕਦਾ ਹੈ, ਇਸ ਤਰ੍ਹਾਂ ਦਾ ਸਿਨੇਮਾ ਵੀ ਹੁੰਦਾ ਹੈ। ਫਿਲਮ ਦੇ ਜਿਹੜੇ ਕਿਰਦਾਰ ਨੇ ਉਹਨਾਂ ਦੀ ਸੋਚ ਵੀ ਬੜੀ ਵੱਖਰੀ ਨਜ਼ਰ ਆਉਂਦੀ ਹੈ, ਕਿਉਂਕਿ ਹਰ ਕਿਰਦਾਰ ਹੈ ਉਹ ਕਿਰਦਾਰ ਦੇ ਵਿੱਚ ਉਹਨਾਂ ਦੀ ਜਾਨ ਫੂਕੀ ਹੋਈ ਹੈ।
ਕਿਰਦਾਰ ਆ ਜਿਹੜਾ ਜਿਵੇਂ ਜਿਵੇਂ ਤੁਸੀਂ ਹਰ ਕਿਰਦਾਰ ਦੇ ਨਾਲ ਦੇਖਦੇ ਹੋ, ਟ੍ਰੇਲਰ ਦੇ ਵਿੱਚ ਜਦੋਂ ਵੀ ਕੋਈ ਨਵਾਂ ਕਿਰਦਾਰ ਆਉਂਦਾ ਤਾਂ ਉਸਦੀ ਇੱਕ ਆਪਣੀ ਹੀ ਪਛਾਣ ਜਾਪਦੀ ਹੈ, ਉਸਦੀ ਆਪਣੀ ਹੀ ਹੋਂਦ ਜਾਪਦੀ ਹੈ ਕਿ ਕਿਵੇਂ ਉਸਨੇ ਖੁੱਭ ਕੇ ਕੰਮ ਕੀਤਾ। ਤਾਂ ਉਮੀਦ ਹੈ ਕਿ 13 ਸਤੰਬਰ ਨੂੰ ਪੰਜਾਬੀ ਸਿਨੇਮੇ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾਵੇਗਾ, ਕਿਉਂਕਿ ਅਕਸਰ ਜਦੋਂ ਫਿਲਮਾਂ ਦਾ 3ਰੇ ਪਾਰਟ ਤੱਕ ਦੀ ਗੱਲ ਆਉਂਦੀ ਹੈ ਤਾਂ ਦਰਸ਼ਕਾਂ ਦਾ ਜਿਹੜਾ ਚਾਅ ਮੱਠਾ ਪੈ ਜਾਂਦਾ, ਪਰ ਇਸ ਫਿਲਮ ਨੂੰ ਲੈ ਕੇ ਸਭ ਦਾ ਚਾਅ ਉਮੀਦ ਓਨੀ ਹੈ ਅਤੇ ਹਰ ਇੱਕ ਨੂੰ ਮਾਣ ਵੀ ਹੈ ਕਿ ਗਿੱਪੀ ਗਰੇਵਾਲ ਇਸ ਤਰ੍ਹਾਂ ਦਾ ਕੁਝ ਕਰਨ ਦਾ ਮਾਦਾ ਰੱਖਦਾ, ਜਿਗਰਾ ਰੱਖਦਾ ਅਤੇ ਉਹਨਾਂ ਨੇ ਫਿਲਮ ਦੇ ਜਿਹੜੇ ਕਿਰਦਾਰ ਨੇ ਉਹਨਾਂ ਤੋਂ ਵੀ ਬਹੁਤ ਕੁਝ ਕਹਾਉਣ ਦਾ ਯਤਨ ਕੀਤਾ। ਜ਼ਿਆਦਾ ਕੁਝ ਅਸੀਂ ਤੁਹਾਨੂੰ ਨਹੀਂ ਦੱਸਾਂਗੇ, ਤੁਸੀਂ ਵੀ ਟ੍ਰੇਲਰ ਦੇਖੋ ਜਾ ਕੇ ਅਤੇ ਆਪਣੇ ਸੋਹਣੇ ਸੋਹਣੇ ਕਮੈਂਟ ਨੇ ਉੱਥੇ ਜ਼ਰੂਰ ਦਿਓ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਦਿਲਾਂ ਦੇ ਵਿੱਚ ਵੀ ਟ੍ਰੇਲਰ ਦੇਖ ਕੇ ਇੱਕ ਉਤਸੁਕਤਾ ਪੈਦਾ ਹੋਵੇਗੀ, ਇੱਕ ਚਾਅ ਪੈਦਾ ਹੋਵੇਗਾ ਕਿ ਛੇਤੀ ਛੇਤੀ ਇਹ ਫਿਲਮ ਆਵੇ, ਕਿਉਂਕਿ ਇਹ ਫਿਲਮ ਰੱਬ ਦੇ ਨਾਲ ਜੋੜਦੀ ਹੈ, ਉਸ ਪਰਮਾਤਮਾ ਦੀ ਬੰਦਗੀ ਦੇ ਨਾਲ ਜੋੜਦੀ ਹੈ ਕਿ ਸਾਨੂੰ ਰੱਬ ਦਾ ਜਿਹੜਾ ਸ਼ੁਕਰ ਕਰਨਾ ਚਾਹੀਦਾ। ਬੇਸ਼ੱਕ ਜ਼ਿੰਦਗੀ ਦੇ ਵਿੱਚ ਲੱਖਾਂ ਰੁਕਾਵਟਾਂ ਆਉਂਦੀਆਂ ਨੇ, ਪਰ ਉਹਨਾਂ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ, ਪਰ ਰੱਬ ਦੇ ਨਾਲ ਜੋੜਨ ਦਾ ਜਿਹੜਾ ਯਤਨ ਆ ਉਹ ਫਿਲਮ ਕਰਦੀ ਹੈ ਅਤੇ ਫਿਲਮ ਆ ਜਿਹੜੀ ਸੁੱਖ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਸ਼ੁਕਰਾਨੇ ਦੀ ਗੱਲ ਕਰਦੀ ਹੈ, ਤਾਂ ਦੁੱਖਾਂ ਦੇ ਵੇਲੇ ਉਹ ਕਹਿੰਦੇ ਕਿ ਅਰਦਾਸ ਨਹੀਂ ਛੱਡਣੀ ਚਾਹੀਦੀ, ਅਰਦਾਸ ਦੇ ਵਿੱਚ ਇੱਕ ਵੱਡੀ ਤਾਕਤ ਹੈ। ਫਿਲਮ ਵੀ ਉਸੇ ਅਰਦਾਸ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ ਹੈ ਕਿ ਜਦੋਂ ਸਮਾਂ ਹੁੰਦਾ ਹੈ ਉਹਦੀ ਉਸੀਂ ਉਦੋਂ ਰਿਸ਼ਤਿਆਂ ਨੂੰ ਜਿਹੜਾ ਸਮਾਂ ਨਹੀਂ ਦਿੰਦੇ ਅਤੇ ਬਾਅਦ ਦੇ ਵਿੱਚ ਪਛਤਾਉਣ ਦੀ ਗੱਲ ਵੀ ਕੀਤੀ ਗਈ ਆ। ਫਿਲਮ ਦਾ ਜਿਹੜਾ ਸੂਤਰਧਾਰ ਨੇ ਉਹ ਗੁਰਪ੍ਰੀਤ ਘੁੱਗੀ ਨੇ, ਉਹ ਬਰੀਕੀ ਦੇ ਨਾਲ ਫਿਲਮ ਨੂੰ ਜਿਹੜਾ ਸਮਝਾਉਂਦੇ ਨਜ਼ਰ ਆਉਂਦੇ ਨੇ। ਤਾਂ ਦੱਸ ਦੀ ਕਿ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਪਨੋਰਮਾ ਸਟੂਡੀਓ ਤੋਂ ਕੁਮਾਰ ਮੰਗਤ ਪਾਠਕ ਅਤੇ ਜੀਓ ਸਟੂਡੀਓ ਤੋਂ ਜੋਤੀ ਦੇਸ਼ਪਾਂਡੇ ਵੀ ਖਾਸ ਤੌਰ 'ਤੇ ਮੌਜੂਦ ਰਹੇ ਅਤੇ ਉਹਨਾਂ ਨੇ ਵੀ ਕਿਹਾ ਕਿ ਫਿਲਮ ਦੇ ਨਾਲ ਜੁੜਨਾ ਉਹਨਾਂ ਦੇ ਲਈ ਵੱਡੀ ਗੱਲ ਹੈ। ਪੰਜਾਬੀ ਫਿਲਮਾਂ ਦੇ ਵਿੱਚ ਵੀ ਹੁਣ ਜਿਹੜੀ ਬਾਲੀਵੁੱਡ ਪੱਖੋਂ ਵੱਡੀ ਐਂਟਰੀ ਮੰਨੀ ਜਾ ਸਕਦੀ ਹੈ, ਕਿਉਂਕਿ ਜਿਹੜਾ ਪੰਜਾਬੀ ਸਿਨੇਮਾ ਇਹਨਾਂ ਵੱਡੇ ਨਿਰਮਾਤਾਵਾਂ ਦੇ ਆਉਣ ਦੇ ਨਾਲ ਵੱਡਾ ਹੋਵੇਗਾ ਅਤੇ ਪੰਜਾਬੀ ਸਿਨੇਮਾ ਜਿਹੜਾ ਹੋਰ ਵੀ ਬੁਲੰਦੀਆਂ 'ਤੇ ਜਾਵੇਗਾ। ਤੁਹਾਨੂੰ ਦੱਸ ਕਿ ਬੋਂਬੇ ਦੇ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ, ਉੱਥੇ ਰੋਹਿਤ ਸ਼ੈੱਟੀ ਵੀ ਖਾਸ ਤੌਰ 'ਤੇ ਮੌਜੂਦ ਸੀ ਅਤੇ ਉਹਨਾਂ ਨੇ ਹੰਬਲ ਮੋਸ਼ਨ ਪਿਕਚਰ ਅਤੇ ਅਰਦਾਸ ਮੂਵੀ ਦੀ ਖਾਸ ਤੌਰ 'ਤੇ ਤਾਰੀਫ ਵੀ ਕੀਤੀ ਹੈ ਅਤੇ ਉਹਨਾਂ ਨੇ ਗਿੱਪੀ ਗਰੇਵਾਲ ਦੇ ਵਿਜ਼ਨ ਨੂੰ ਵੀ ਵੱਡਾ ਦੱਸਿਆ।